जुगनू हाजर है गल्ला सच्चिया खोल सुनावे ना किसे गलों कबरावे जे हसने नू दिल चावे ताया जो वर्दी पाके थाने दे विच खड़ जांदा जनाबे कदे बस्ता लेके विच स्कूले वड़ जांदा मटिया चुंगिया वड़दा ही बड़े भेत खलौंदा बीबो भूआ कमड़ी तो वागरू वागरू भला कौन हसे बिन रह जो चंडे अमली तो कम केड़े जो नी करदा ना काटे वादे डरदा कदे जित जांदा कदे हरदा वेखो ਸਤਿ ਸ਼੍ਰੀ ਅਕਾਲ ਜੀ ਮੈਂ ਫੁਕਰਾ ਫਰੀਦਾਬਾਦ ਦੀ ਜਿੰਨੇ ਵੀ ਅੱਜ ਇਹ ਕਵੀ ਸਾਹਿਬਾਨ ਆਏ ਨੇ ਮੇਰੇ ਨਿੱਕੇ ਜਿਹੇ ਸੱਦੇ ਤੋਂ ਬਿਨਾਂ ਹੀ ਮੈਂ ਸਾਰਿਆਂ ਨੂੰ ਨਿੱਘੀ ਜੀ ਆਇਆਂ ਨਹੀਂ ਕਹਿੰਦਾ ਕਿਉਂਕਿ ਮੇਰੇ ਬਿਨਾਂ ਬੁਲਾਏ ਆਏ ਨੇ ਪਰ ਫਿਰ ਵੀ ਮੈਂ ਇਹਨਾਂ ਦੀ ਜਾਣਕਾਰੀ ਤੁਹਾਨੂੰ ਦੇਣੀ ਚਾਹੁੰਦਾ ਵੈਸੇ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ ਕਿਉਂਕਿ ਇਹਨਾਂ ਦੀ ਕੋਈ ਜਾਣਕਾਰੀ ਹੋਈ ਨਹੀਂ ਇਹਨਾਂ ਨੇ ਕੋਈ ਐਸਾ ਕੰਮ ਹੀ ਨਹੀਂ ਕੀਤਾ ਵੀ ਇਹਨਾਂ ਨੂੰ ਕੋਈ ਜਾਣੇ ਫਿਰ ਵੀ ਮੈਂ ਦੱਸ ਦੇਣਾ ਚਾਹੁੰਦਾ ਆਹ ਮੇਰੇ ਸੱਜੇ ਹੱਥ ਬੈਠੇ ਨੇ ਜੇ ਐਂ ਨਹੀਂ ਪਤਾ ਲੱਗਦਾ ਤਾਂ ਮੈਂ ਤੁਹਾਨੂੰ ਹੋਰ ਕਲੋਜ਼ ਇੰਟਰੋਡਕਸ਼ਨ ਕਰਾ ਦਿੰਦਾ ਇਹ ਜਿਹੜੇ ਇਹਨੇ ਕਸ਼ਮੀਰ ਦਾ ਕਰਤਾਰਪੁਰ ਜੀ ਇਹ ਟਰੱਕ ਡਰਾਈਵਰ ਨੇ ਬਾਈ ਜੀ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਜਾਂਦੇ ਨੇ ਪਰ ਇਹਨਾਂ ਨੂੰ ਹਜੇ ਤੱਕ ਕੰਨਿਆ ਨਸੀਬ ਨਹੀਂ ਮੇਰੇ ਖਿਆਲ ਇਸੇ ਦਰਦ ਦੇ ਵਿੱਚ ਇਹ ਸ਼ੇਅਰ ਲਿਖਦੇ ਨੇ ਪਰ ਮੈਂ ਆਪ ਜੀ ਨੂੰ ਦੱਸ ਦੇਣਾ ਚਾਹੁੰਦਾ ਕਿ ਅੱਜ ਜਦੋਂ ਤੁਹਾਡਾ ਵਿਆਹ ਹੋ ਗਿਆ ਤਾਂ ਦਰਦ ਤੁਹਾਡੇ ਵੱਧ ਸਕਦੇ ਮੇਰੇ ਇੱਧਰਲੇ ਸੱਜੇ ਜਿਹੜੇ ਬੈਠੇ ਨੇ ਇਹ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਮੈਂ ਹੋਰ ਕਲੋਜ਼ ਦਿਖਾ ਸਕਦਾ ਇਹਨੇ ਤਾਂ ਹਰੀ ਰਾਮ ਹਰਿਆਣਵੀ ਇਹ ਰਾਜਸਥਾਨ 'ਚ ਵਿਆਹੇ ਹੋਏ ਨੇ ਰਹਿੰਦੇ ਗੁਜਰਾਤ 'ਚ ਇਹਨਾਂ ਦੀ ਕੋਈ ਜਾਣਕਾਰੀ ਨਹੀਂ 30-35 ਸਾਲ ਹੋ ਗਏ ਇਹਨਾਂ ਨੂੰ ਲਿਖਦਿਆਂ ਨੂੰ ਇਹਨਾਂ ਦੀ ਅੱਜ ਤੱਕ ਕਦਰ ਨਹੀਂ ਪਈ ਮੈਨੂੰ ਲੱਗਦਾ ਜੀ ਜਾਂ ਤਾਂ ਕਦਰਦਾਨ ਘੱਟ ਗਏ ਤਾਂ ਜਾਂ ਇਹਨਾਂ ਦੀ ਕਦਰ ਵਾਲੀ ਕੋਈ ਗੱਲ ਪਤਾ ਹੈ ਨਹੀਂ ਚਲੋ ਇਹਨਾਂ ਨੂੰ ਮੌਕਾ ਦੇਵਾਂਗੇ ਅਤੇ ਹੁਣ ਆਪਾਂ ਚੱਲਦੇ ਬਾਰਡਰ 'ਤੇ ਮੇਰੇ ਉਹ ਸੱਜੇ ਹੱਥ ਜਿਹੜੇ ਉਹ ਬੈਠੇ ਨੇ ਪਰੇ ਬਾਰਡਰ 'ਤੇ ਇਹ ਨੇ ਸਾਬਕਾ ਫੌਜੀ ਲਛਮਣ ਸਿੰਘ ਜੀ ਲੱਛੂ ਪਕੌੜਿਆਂ ਵਾਲੇ ਅੱਛਾ ਇਹ ਨਹੀਂ ਪਕੌੜਿਆਂ ਵਾਲੇ ਦੇ ਬੇਟੇ ਇਹ ਪਕੌੜਿਆਂ ਵਾਲੇ ਨਹੀਂ ਆ ਇਹ ਮੈਂ ਤੁਹਾਨੂੰ ਕਲੋਜ ਤੁਹਾਡੀ ਇੰਟਰੋਡਕਸ਼ਨ ਕਰਾਉਂਦਾ ਇਹਨਾਂ ਦੀ ਇੱਕ ਥੋੜ੍ਹੀ ਜਿਹੀ ਪ੍ਰੋਬਲਮ ਹੈ ਕਿ ਇਹਨਾਂ ਨੇ 15 ਸਾਲ ਜਿਹੜੀ ਆ ਬਾਰਡਰ ਦੇ ਉੱਤੇ ਰਾਖੀ ਕੀਤੀ ਮੁਲਕ ਦੀ ਅਤੇ ਅੱਜ ਕੱਲ੍ਹ ਰਾਖੀ ਸਾਵੰਤ ਨੂੰ ਕਰਨ ਬਾਰੇ ਸੋਚ ਰਹੇ ਮੰਨੀ ਨਹੀਂ ਉਹ ਇਹਨਾਂ ਨੇ ਰਿਟਾਇਰਮੈਂਟ ਤੋਂ ਬਾਅਦ ਆਪਣੇ ਪਿਤਾ ਜੀ ਨਾਲ ਹੱਥ ਮਿਲਾਉਣਾ ਚਾਹਿਆ ਉਹਨਾਂ ਦੀ ਰੇਹੜੀ 'ਤੇ ਗਏ ਪਕੌੜਿਆਂ ਵਾਲੀ 'ਤੇ ਅਤੇ ਇੱਕ ਦਿਨ ਗਰਮ ਗਰਮ ਪਕੌੜੇ ਚੱਕ ਕੇ ਸਾਰੇ ਮੁੱਖਾ ਗਏ ਉਸ ਤੋਂ ਬਾਅਦ ਇਹਨਾਂ ਦੀ ਜ਼ੁਬਾਨ ਚਲੀ ਗਈ ਪਰ ਜਜ਼ਬਾਤ ਨਹੀਂ ਗਏ ਜਜ਼ਬਾਤਾਂ ਦੀ ਇਹਨਾਂ ਦੀ ਕਦਰ ਕਰਨੀ ਬਣਦੀ ਹੈ ਇੱਕ ਮੈਂ ਹੋਰ ਦੱਸ ਦੇਣਾ ਚਾਹੁੰਦਾ ਮੈਨੂੰ ਲੱਗਦਾ ਮੇਰੇ ਤੋਂ ਵੱਡਾ ਬੇਵਕੂਫ ਬੰਦਾ ਦੁਨੀਆਂ 'ਚ ਕੋਈ ਹੋਣਾ ਨਹੀਂ ਵੀ ਜਿਹਨੇ ਤੁਹਾਨੂੰ ਬੁਲਾਇਆ ਇੱਥੇ ਬੁਲਾ ਕੇ ਆਪਣੇ ਘਰੋਂ ਚਾਹ ਪਿਆਊਂਗਾ ਤਾਂ ਬਾਅਦ 'ਚ ਸਫਾਈਆਂ ਵੀ ਕਰੂੰਗਾ ਹੈ ਚਲੋ ਕੋਈ ਗੱਲ ਨਹੀਂ ਇੱਕ ਬੰਦੇ ਨੂੰ ਬੁਲਾਇਆ ਸੀ ਉਹ ਆਇਆ ਨਹੀਂ ਉਹ ਸੀ ਜੁਗਨੂ ਹਾਲ ਦਾ ਪੁਲਿਸ ਸਾਡੇ ਮੁਲਕ ਦੀ ਵੈਸੇ ਹੀ ਲੇਟ ਆਉਂਦੀ ਆ ਘਬਰਾਓ ਨਾ ਆਪਾਂ ਮੁਸ਼ਾਇਰਾ ਸ਼ੁਰੂ ਕਰਦੇ ਹਾਂ ਵੈਸੇ ਅਸੀਂ ਉੱਠਣ ਨਹੀਂ ਸੀ ਲੱਗੇ ਸੂਤ ਹੋਏ ਹਾਂ ਅੱਛਾ ਹਾਂਜੀ ਹਾਂਜੀ ਇਹ ਨੇ ਜੁਗਨੂ ਹੌਲਦਾਰ ਜੀ ਮੈਂ ਹਾਰ ਪਾ ਕੇ ਇਹਨਾਂ ਦੇ ਬਾਰੇ ਜਾਣਕਾਰੀ ਦਿੰਦਾ ਵੈਸੇ ਜਿਹੋ ਜਿਹੇ ਇਹਨਾਂ ਦੇ ਕੰਮ ਆ ਇਹਨਾਂ ਦੀ ਫੋਟੋ 'ਤੇ ਹਾਰ ਪਾਉਣਾ ਚਾਹੀਦਾ ਇਹ ਜਿਉਂਦਿਆਂ ਦੀ ਕਿਉਂ ਪਾਈ ਜਾਂਦੇ ਹੋ ਜੁਗਨੂ ਹੌਲਦਾਰ ਜੀ ਦੀ ਡਿਊਟੀ ਸਾਡੇ ਮੁਹੱਲੇ 'ਚ ਲੱਗਦੀ ਹੈ ਮਤਲਬ ਕਹਿਣ ਦਾ ਸਿੱਧੇ ਲਫ਼ਜ਼ਾਂ 'ਚ ਇਹੋ ਕਹਿ ਲਈਏ ਜੇ ਵੀ ਇਹਨਾਂ ਦੇ ਹੁਕਮ ਤੋਂ ਬਿਨਾਂ ਸਾਡੇ ਮੁਹੱਲੇ 'ਚ ਜਾਨਵਰ ਵੀ ਭਰ ਨਹੀਂ ਮਾਰ ਸਕਦੇ ਕੌਣ ਸੇ ਜਾਨਵਰ ਕੇ ਪਰ ਹੋਵੇ ਬਾਈ ਪੰਛੀ ਦੀ ਬਾਤ ਮਤਲਬ ਮੈਂ ਸਮਝਾ ਦਿੰਦਾ ਵੀ ਮੇਰੇ ਹੁਕਮ ਬਿਨਾਂ ਪੱਤਾ ਵੀ ਨਹੀਂ ਹਲਦਾ ਮਤਲਬ ਮੇਰੇ ਹੁਕਮ ਬਿਨਾਂ ਕੋਈ ਕਿਸੇ ਦੀ ਹਵਾ ਕਰਨੀ ਨਹੀਂ ਝਾਕ ਸਕਦਾ ਹਵਾ ਵੈਸੇ ਦਿਸਦੀ ਨਹੀਂ ਹੁੰਦੀ ਜੁਗਨੂ ਹੌਲਦਾਰ ਜੀ ਵੈਸੇ ਨਹੀਂ ਝਾਕ ਸਕਦੇ ਆਪਾਂ ਚਲੋ ਖੈਰ ਆਪਾਂ ਛੱਡੋ ਇਹਨਾਂ ਗੱਲਾਂ ਨੂੰ ਆਪਾਂ ਗੱਲ ਕਰਦੇ ਅਸੀਂ ਅੱਜ ਦਾ ਮੁਸ਼ਾਹਰਾ ਜਿਹੜਾ ਸ਼ੁਰੂ ਕਰ ਚੁੱਕੇ ਹਾਂ ਤਾੜੀ ਮਾਰ ਦਈਏ ਗੱਗਾ ਤਾੜੀ ਮਾਰੋ ਸਾਰੀਆਂ ਮਾਰੋ ਤਾੜੀ ਓਏ ਇਹ ਮਾਫ਼ ਕਰਨਾ ਕਿੱਦਾਂ ਦੀ ਤਾੜੀ ਇਹ ਸਰਕਾਰੀ ਤਾੜੀ ਹੈ ਓਕੇ 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 ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਸ਼ੇਰੋ ਸ਼ਾਹੀ ਦੇ ਜਿਹੜਾ ਅੱਜ ਦਾ ਗੇੜਾ ਉਹ ਆਪਾਂ ਦੇਸ਼ ਦਾ ਚੱਕਾ ਇਹ ਮੇਰਾ ਮਤਲਬ ਇਹਨਾਂ ਦੀ ਜ਼ਿੰਦਗੀ ਚੱਕੇ 'ਤੇ ਹੁੰਦੀ ਹੈ ਟਾਇਰਾਂ 'ਤੇ ਰਹਿੰਦੇ ਨੇ ਡਰਾਈਵਰ ਸਾਹਿਬ ਨੇ ਇਹ ਇਹਨਾਂ ਤੋਂ ਸ਼ੁਰੂ ਕਰਦੇ ਹਾਂ ਵੀ ਚਲੋ ਤੁਸੀਂ ਪਹਿਲਾਂ ਗੇੜਾ ਲਾਓ ਮੈਨੂੰ ਪਤਾ ਜਦੋਂ ਮੇਰੇ ਭਰਾਵਾਂ ਨੇ ਮੇਰੇ ਵੀਰਾਂ ਨੇ ਚੱਕੇ ਦੀ ਗੱਲ ਕੀਤੀ ਹੈ ਮੈਨੂੰ ਪਤਾ ਸੀ ਕਿ ਮੇਰੀ ਉਹ ਵਾਰੀ ਹੈ ਇਹ ਤੋਂ ਵਧੀਆ ਸ਼ੁਰੂਆਤ ਹੋ ਵੀ ਨਹੀਂ ਸਕਦੀ ਬਕਵਾਸ ਨਾ ਕਰ ਕੰਮ ਦੀ ਗੱਲ ਕੰਮ ਦੀ ਗੱਲ ਹੀ ਕਰ ਰਿਹਾ ਬਹੁਤ ਵਧੀਆ ਸ਼ੇਅਰ ਹੈ ਬਹੁਤ ਹੱਡ ਬੀਤੀ ਜਾਣੀ ਕਿ ਮੈਂ ਕਲਮ ਰਾਹੀਂ ਇਹਦੇ ਵਿੱਚ ਉਤਾਰੀ ਹੈ ਚੱਲ ਜਿਵੇਂ ਕਰੀਏ ਤੂੰ ਸੁਣਾ ਲਓ ਜੀ ਤਵੱਜੋ ਚਾਹੁੰਦਾ ਤੁਹਾਡੀ ਗੌਰ ਚਾਹੀਦੀ ਹੈ ਤੁਹਾਡੀ ਕਿ ਕਸ਼ਮੀਰ ਵਰਗੀਆਂ ਸੜਕਾਂ ਨਹੀਂ ਇਹ ਤਾਂ ਸੜਕੋ ਸੜਕੀ ਹੋ ਗਿਆ ਹੁਣ ਅੱਗੇ ਤਾਂ ਸੁਣੋ ਬਾਈ ਅੱਗੇ ਸੁਣੋ ਅੱਗੇ
ਕਸ਼ਮੀਰ ਵਰਗੀਆਂ ਸੜਕਾਂ ਨਹੀਂ ਪਰ ਘਾਟੀਆਂ ਡਰਾ ਦਿੰਦੀਆਂ ਨੇ। ਵਾਹ 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 ਕਸ਼ਮੀਰ ਵਰਗੀਆਂ ਸੜਕਾਂ ਨਹੀਂ ਪਰ ਘਾਟੀਆਂ ਡਰਾ ਦਿੰਦੀਆਂ ਨੇ। ਗੌਰ ਚਾਹੁੰਦਾ ਕਿ ਭਰਾਵਾਂ ਵਰਗਾ ਪਿਆਰ ਨਹੀਂ ਇਹ ਜਿਹੜੀਆਂ ਭਾਬੀਆਂ ਨੇ ਇਹ ਇਹ ਪੰਗੇ ਪਵਾ ਦਿੰਦੀਆਂ ਨੇ, ਇਹ ਪੰਗੇ ਪਵਾ ਦਿੰਦੀਆਂ ਨੇ, ਇਹ ਪੰਗੇ ਪਵਾ ਦਿੰਦੀਆਂ ਨੇ। ਮੇਰੇ ਖਿਆਲ ਇਹਨਾਂ ਨੇ ਇਸੇ ਕਰਕੇ ਵਿਆਹ ਨਹੀਂ ਕਰਾਇਆ ਕਿ ਭਾਬੀਆਂ ਪੰਗੇ ਪਾ ਦਿੰਦੀਆਂ ਨੇ। ਇੱਕ ਵੈਸੇ ਗੱਲ ਬਣੀ ਜੀ ਨਹੀਂ, ਗੱਲ ਜੀ ਨਹੀਂ ਬਣੀ, ਉਹ ਪਹਿਲੀ ਫਿੱਕਾ ਪਾਤਾ ਕੰਮ ਤੂੰ। ਆਪਾਂ ਗੱਲ ਬਣਾਉਣ ਵਾਸਤੇ ਇੱਥੇ ਬੈਠੇ ਹਾਂ, ਸਵਾਲ ਹੀ ਪੈਦਾ ਨਹੀਂ ਹੁੰਦਾ ਜੇ ਗੱਲ ਨਾ ਬਣੇ। ਲਓ ਫਿਰ ਗੱਲ ਬਣਦੀ ਵਾਲਾ ਸ਼ੇਰ ਚੱਕੋ, ਸੁਣੋ, ਬਿਲਕੁਲ ਸੱਚਾਈ ਹੈ ਜ਼ਿੰਦਗੀ ਦੀ। ਸੁਣੋ, ਇਹ ਸ਼ੇਰ ਜਿਹੜਾ ਮੈਂ ਲਿਖਿਆ ਉਹਨਾਂ ਕਾਰਾਂ ਵਾਲੇ ਵਾਸਤੇ ਹੈ ਜਿਹੜੇ ਆਪਣੀਆਂ ਘਰ ਵਾਲੀਆਂ ਨੂੰ ਬਰਾਬਰ ਬਿਠਾ ਕੇ ਸੀਟਾਂ ਤੇ ਜਾਂਦੇ ਨੇ ਨਾ, ਇਹ ਉਹਨਾਂ ਵਾਸਤੇ ਸ਼ੇਰ ਹੈ। ਸੁਣ ਲੈਣ ਉਹ ਵੀ ਗੌਰ ਨਾਲ, ਉਹਨਾਂ ਨੂੰ ਦੱਸਣਾ ਚਾਹੁੰਦਾ ਮੈਂ ਇਹ। ਕੀ ਦੱਸ ਕਿ ਕਾਰਾਂ ਵਾਲਿਆ ਜ਼ਿੰਦਗੀ ਤਾਂ ਤੇਰੀ ਹੈ, ਕਾਰਾਂ ਵਾਲਿਆ ਜ਼ਿੰਦਗੀ ਤਾਂ ਤੇਰੀ ਹੈ, ਕਾਰਾਂ ਵਾਲਿਆ ਜ਼ਿੰਦਗੀ ਤਾਂ ਤੇਰੀ ਹੈ, ਅਸੀਂ ਤਾਂ ਬਸ ਐਵੇਂ ਜਗ੍ਹਾ ਘੇਰੀ ਹੈ। ਤਾੜੀ 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 ਓਏ ਇਧਰ ਆ, ਕਵਿਤਾ ਦੇ ਕਾਗਜ਼ ਦਿਖਾ, ਉਹ ਕਾਗਜ਼ ਦਿਖਾ, ਕਾਗਜ਼ ਕਾਗਜ਼। ਮੈਨੂੰ ਪਤਾ ਹੈ ਤੁਹਾਡੇ ਵਾਲੇ ਕਾਗਜ਼ਾਂ ਦਾ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਭਾਈ, ਕਾਗਜ਼ ਇਹਨਾਂ ਦੇ ਕਾਗਜ਼ ਹੁੰਦੇ ਆ ਨੀਲੇ ਨੀਲੇ ਕਾਗਜ਼ ਇਹਨਾਂ ਦੇ ਆਦੇ। ਹੁਣ ਦੇਖੀ ਕਾਗਜ਼ ਸਾਰੇ ਠੀਕ ਨੇ, ਕਿਉਂ ਠੀਕ ਨੇ ਕਾਗਜ਼? ਜਮਾ ਸਹੀ ਕਵਿਤਾ ਤੇਰੀ, ਕਾਨੂੰਨੀ ਹੌਦਾਰ ਜੀ ਆਹ ਕੀ ਕੀਤਾ ਤੁਸੀਂ, ਪੈਸੇ ਕਿਉਂ ਲਾਏ ਇਹਦੇ ਕੋਲ? ਉਹ ਬਈ ਮੈਂ ਟਰੱਕ ਵਾਲੇ ਨੂੰ ਰੋਕਿਆ, ਮੈਂ ਪੁਲਿਸ ਵਾਲਾ, ਤੇ ਮੈਂ ਉਹ ਤੋਂ ਕਾਗਜ਼ ਮੰਗੇ ਨੇ, ਉਹਨੇ ਸਾਡੇ ਵਾਲਾ ਕਾਗਜ਼ ਦੇਤਾ। ਲਾ ਵੀ ਇੱਕ ਸ਼ੇਰ ਸੁਣਾਵਾਂ ਫਿਰ ਇਸੇ ਪੱਤੇ ਤੇ। ਸੁਣਾਓ। ਲੈ ਹੁਕਮ ਕੀਤਾ, ਵੈਸੇ ਤਾਂ ਹੁੰਦਾ ਅਰਜ ਆ ਜੀ, ਚਲੋ ਤੁਸੀਂ ਹੁਕਮ ਕਰ ਲਓ, ਕੀ ਕਰ ਸਕਦੇ ਹੋ? ਅਸੀਂ ਹੁਕਮ ਹੀ ਕਰਦੇ ਹੁੰਦੇ ਹਾਂ ਕਿ ਪੁਲਿਸ ਵਾਲਾ ਜੇ ਕਿਸੇ ਡਰਾਈਵਰ ਨੂੰ ਬੋਲੇ ਠੰਡਾ ਤੱਤਾ। ਵਾਹ, ਠੰਡਾ ਤੱਤਾ, ਪੁਲਿਸ ਵਾਲਾ ਜੇ ਕਿਸੇ ਡਰਾਈਵਰ ਨੂੰ ਬੋਲੇ ਠੰਡਾ ਤੱਤਾ, ਫਿਰ ਖਹਿੜਾ ਛਡਾ ਦਿੰਦਾ ਭਾਈ, ਆ ਸੌਦਾ ਪੱਤਾ, ਆ ਸੌਦਾ ਪੱਤਾ, ਆ ਸੌਦਾ। ਸੱਚਾਈ ਹੈ ਜ਼ਿੰਦਗੀ। ਪਰ ਜੁਗਨੂੰ ਹੌਲਦਾਰ ਜੀ, ਜੇ ਕਿਸੇ ਡਰਾਈਵਰ ਕੋਲ ਸੌਦਾ ਪੱਤਾ ਨਾ ਹੋਵੇ ਫਿਰ? ਗੱਲ ਤੁਹਾਡੀ ਵੀ ਸਹੀ ਹੈ। ਲਓ ਫਿਰ ਹੁਣੇ ਹੁਣੇ ਲਿਖਿਆ, ਜੇ ਕਿਸੇ ਡਰਾਈਵਰ ਕੋਲ ਹੋਵੇ ਨਾ ਸਾਨੂੰ ਦੇਣ ਵਾਸਤੇ ਸੌਦਾ ਪੱਤਾ, ਫਿਰ ਦੋ ਚੀਜ਼ਾਂ ਖਹਿੜਾ ਛਡਾ ਸਕਦੀਆਂ ਨੇ। ਕਿਹੜੀਆਂ ਜੀ? ਇੱਕ ਤਾਂ ਚਾਹ ਦਾ ਕੱਪ, ਦੂਜਾ ਗੋਲੀ ਵਾਲਾ ਬੱਤਾ। ਗੋਲੀ ਵਾਲਾ ਬੱਤਾ, ਗੋਲੀ ਵਾਲਾ। ਮੈਂ ਇਸ ਸ਼ੇਰ ਤੋਂ ਬਾਅਦ ਜੁਗਨੂੰ ਹੌਲਦਾਰ ਜੀ ਦਾ ਧੰਨਵਾਦ ਬਿਲਕੁਲ ਨਹੀਂ ਕਰਦਾ, ਕਿਉਂਕਿ ਇਹਨਾਂ ਨੇ ਸ਼ੇਰ ਆਪਣੀ ਮਰਜ਼ੀ ਨਾਲ ਸੁਣਾਇਆ, ਇਹਨਾਂ ਦੀ ਵਾਰੀ ਅਜੇ ਨਹੀਂ ਸੀ। ਉਹ ਵਾਰੀਆਂ ਬੂਰੀਆਂ ਅਸੀਂ ਇੱਦਾਂ ਹੀ ਆਪਦੀਆਂ ਬਣਾਈ ਦੀਆਂ। ਮੈਂ ਤੁਹਾਨੂੰ ਦੱਸਾਂ, ਜਿਹੜੇ ਹੱਕ ਨੇ ਨਾ ਉਹ ਮੰਗੇ ਤੋਂ ਨਹੀਂ ਮਿਲਦੇ, ਖੋਣੇ ਪੈਂਦੇ ਆ। ਮੈਂ ਤੁਹਾਨੂੰ ਦੱਸਾਂ, ਤੁਸੀਂ ਹੱਕ ਖੋਵੋ ਸ਼ੇਰ ਨਾ ਖੋਵੋ, ਤੇ ਮੈਂ ਬੇਨਤੀ ਕਰਦਾ ਸਾਰੇ ਆ ਤਾਊ ਜਿਹੜੇ ਹਰੂ ਹਰਿਆਣਵੀ ਨੂੰ ਬੇਨਤੀ ਕਰਦਾ ਵੀ ਉਹ ਆਪਣਾ ਸ਼ੇਰ ਸੁੱਟਣ। ਇਹ ਸ਼ੇਰ ਬਾਹਰ ਸੁੱਟੇ, ਪਹਿਲਾਂ ਇਹਨੂੰ ਕਹੋ ਮੁੱਛਾਂ ਥੱਲੇ ਸੁੱਟੇ, ਕਿੱਥੇ ਚਾੜੀਆਂ ਜਵਾਰੀ। ਇਹ ਮੁੱਛਾਂ ਦੇ ਕੱਪੜੇ ਟੰਗਦੇ ਆ। ਕਮਾਲ ਕੀ ਬਾਤ ਆ ਬਾਈ, ਇਹ ਮੁਸ਼ਾਇਰਾ ਕਾ ਜਗ ਧੋਬੀ ਘਾਟ ਆ ਬਾਈ। ਕੋਈ ਸ਼ੇਰ ਫੇਰ ਕੀ ਬਾਤ ਕਰੋ, ਕੱਪੜੋਂ ਕੀ ਬਾਤ ਕਰੇ ਜਾ ਰਿਹਾ? ਸੁਣਾ ਸ਼ੇਰ ਸੁਣਾ ਯਾਰਾ, ਗੌਰ ਫਰਮਾਣਾ। ਉਹ ਗੌਰ ਹੀ ਕਰਦੇ ਆ, ਧਿਆਨ ਸੇ ਸੁਣਨਾ। ਉਹ ਧਿਆਨ ਨਾਲ ਸੁਣਾ, ਸੁਣਾ ਤਾਂ ਸਹੀ। ਇੱਕ ਬਾਤ ਬਤਾਉਂ ਤੰਨੈ, ਇੱਕ ਬਾਤ ਬਤਾਉਂ ਤੰਨੈ, ਇਬ ਭੂਖ ਨਾ ਲੱਗੇ ਮਨ, ਇਬ ਭੂਖ ਨਾ ਲੱਗੇ ਇਹਨੂੰ ਮਨ। ਇੱਕ ਬਾਤ ਬਤਾਉਂ ਤੰਨੈ, ਇਬ ਭੂਖ ਨਾ ਲੱਗੇ ਮਨ, ਸਾਂਸ ਫੁੱਲੈ। ਬਈ ਮੈਂ ਸ਼ੇਰ ਮੈਂ ਰਿਐਲਿਟੀ ਪੇਸ਼ ਕਰ ਰਹਾ ਹੂੰ। ਸਾਂਸ ਫੁੱਲੈ ਸਿਰ ਚ ਕਰਾਵੈ, ਸਾਂਸ ਫੁੱਲੈ ਸਿਰ ਚ ਕਰਾਵੈ, ਗੁਡਰੋਂ ਤੇ ਮੈਂ ਚੱਲਾ ਨਾ ਜਾਵੈ। ਇਹ ਹਰਿਆਣਵੀ ਸਾਹਿਬ ਕਵਿਤਾ ਘੱਟ ਲੱਗਦੀ ਹੈ, ਬਿਮਾਰੀਆਂ ਦੀ ਲਿਸਟ ਜੀ ਜ਼ਿਆਦਾ ਲੱਗਦੀ ਹੈ। ਮੈਨੂੰ ਲੱਗਦਾ ਕਿਸੇ ਡਾਕਟਰ ਦੀ ਪਰਚੀ ਪੜ੍ਹੀ ਜਾਂਦੀ। ਉਹ ਬਈ ਸ਼ਹਿਰ ਕੀ ਕਲਪਨਾ ਹੋਵੇ, ਅੱਗੇ ਤੋਂ ਸੁਣੋ, ਸ਼ਹਿਰ ਪੂਰਾ ਤਾਂ ਸੁਣ ਦੋ। ਹੈਂ, ਸਾਂਸ ਫੁੱਲੈ ਸਿਰ ਚ ਕਰਾਵੈ, ਗੁਟਨੋ ਤੇ ਐਵੇਂ ਚਲਾ ਨਾ ਜਾਵੈ, ਰਾਤਾਂ ਨੇ ਮੰਨ ਨੀਂਦ ਨਾ ਆਵੈ, ਰਾਤਾਂ ਨੇ ਮੰਨ ਨੀਂਦ ਨਾ ਆਵੈ, ਪੇਟ ਮੈਂ ਗੜਬੜੋਤੀ ਜਾਵੈ। ਇਹ ਤਾਂ ਹੁਣ ਫਿਰ ਕਿਸੇ ਵੱਡੇ ਡਾਕਟਰ ਦੇ ਕਾਰੋਬਾਰ ਹੋ ਗਿਆ, ਇਹ ਤਾਂ ਫਿਰ ਬਹੁਤ ਵੱਡੇ ਡਾਕਟਰ ਦਾ ਕੰਮ ਹੈ ਜੀ ਹੁਣ। ਬਈ ਜੋ ਸ਼ੇਰ ਕਾ ਮਤਲਬ ਹੋਇਆ ਉਹ ਤਾਂ ਲਾਸਟ ਮੈਂ ਹੋਇਆ ਕਰਾਂ, ਹੁਣ ਮਤਲਬ ਕੀ ਰਹਿ ਗਿਆ? ਇੰਨੀਆਂ ਬਿਮਾਰੀਆਂ ਲੱਗ ਗਈਆਂ, ਸ਼ੇਰ ਨੂੰ ਸ਼ੇਰ 'ਚ ਕੀ ਰਹਿ ਗਿਆ ਹੁਣ? ਪੇਟ ਮੈਂ ਗੜਬੜੋਤੀ ਜਾਵੈ, ਹੁਣ ਕੈਂਸਰ ਹੋਊ ਸਿੱਧਾ। ਆ ਗਿਆ ਸੌਣ ਮਹੀਨਾ, ਇਹ ਕਿੱਧਰੋਂ ਆ ਗਿਆ ਹੁਣ ਬਈ? ਆ ਗਿਆ ਹੂ, ਆ ਗਿਆ ਹੂ, ਐਸੀ ਆਵੈ ਬਾਈ। ਇੱਕ ਮਿੰਟ ਇੱਕ ਮਿੰਟ, ਨੀਂਦ ਤੈਨੂੰ ਨਹੀਂ ਆਉਂਦੀ, ਪੇਟ 'ਚ ਤੇਰੇ ਗੜਬੜ ਹੈ, ਸਿਰ ਤੇਰਾ ਚਕਰਾਉਂਦਾ, ਭੁੱਖ ਤੈਨੂੰ ਨਹੀਂ ਲੱਗਦੀ, ਉਦੋਂ ਬਾਅਦ ਸੌਣ ਮਹੀਨੇ ਤੋਂ ਦੱਸਦਾ ਹੈ ਕੀ ਬਾਗੀਆਂ ਪਾਉਣੀਆਂ ਉੱਥੇ ਨਾਲ। ਚਲੋ ਆ ਗਿਆ ਸੌਣ ਮਹੀਨਾ, ਆ ਗਿਆ ਹੁਣ। ਚਲੋ ਇਹ ਇਸ਼ਕ ਹੈ ਬੜਾ ਕਮੀਨਾ, ਇਹ ਇਸ਼ਕ ਹੈ ਬੜਾ ਕਮੀਨਾ, ਇਹ ਇਸ਼ਕ ਹੈ ਬੜਾ ਕਮੀਨਾ। ਵਾਹ ਵਾਹ ਵਾਹ, ਗੱਲ ਤੁਸੀਂ ਹਰਿਆਣੇ ਚੋਂ ਸਾਡੇ ਥਾਣੇ ਦੇ ਅੰਡਰ ਆਉਂਦੇ ਨਹੀਂ,
ਨਹੀਂ ਤੁਹਾਨੂੰ ਦਿਖਾ ਦਿੰਦੇ ਵੀ ਇਸ਼ਕ ਕੀ ਹੁੰਦਾ। ਤਾਊ ਹਰਿਆਣਵੀ ਦਾ ਇਹ ਨਹੀਂ ਪਤਾ ਲੱਗਿਆ ਵੀ ਕਮੀਨਾ ਇਹਨਾਂ ਨੇ ਇਸ਼ਕ ਨੂੰ ਕਿਹਾ ਜਾਂ ਖੁਦ ਨੂੰ ਕਿਹਾ। ਬੜੀ ਮਾੜੀ ਕਵਿਤਾ ਸੀ, ਇਸ ਕਰਕੇ ਮੈਂ ਇਹਨਾਂ ਦਾ ਇਹਨਾਂ ਦੀ ਕਦਰ ਨਹੀਂ ਪਈ। ਚਲੋ ਇਹਨੂੰ ਦਫ਼ਾ ਕਰੋ, ਕੋਈ ਹੋਰ ਗੱਲ ਤੁਸੀਂ ਤਾਊ ਜੀ ਚੁੱਪ ਰਿਹੋ ਤੇ ਮੈਂ ਬੇਨਤੀ ਕਰਦਾ ਉਹ ਬਾਰਡਰ ਤੇ। ਬਾਰਡਰ ਤੇ ਮੇਰਾ ਮਤਲਬ ਜਿਹੜੇ ਸਾਡੇ ਫੌਜੀ ਸਾਹਿਬ ਨੇ ਸਾਬਕਾ, ਅੱਛਾ ਲਕਸ਼ਮਣ ਸਿੰਘ ਜੀ ਲੱਛੂ ਪਕੌੜਿਆਂ ਵਾਲੇ ਦੇ ਬੇਟਾ ਨੇ ਇਹ। ਅੱਛਾ ਤੇ ਇਹਨਾਂ ਜਜ਼ਬਾਤ ਬਹੁਤ ਨੇ। ਇਹਨਾਂ ਦੇ ਜਿਹੜੇ ਪਿਤਾ ਜੀ ਨਾਲ ਹੱਥ ਵਟਾਉਣ ਲੱਗੇ ਸੀ ਰਿਟਾਇਰਮੈਂਟ ਤੋਂ ਬਾਅਦ ਪਕੌੜਿਆਂ ਜਿਹੜੀ ਤੇ ਇੱਕ ਦਿਨ ਗਰਮਾ ਗਰਮ ਪਕੌੜੇ ਸਾਰੇ ਆਪ ਖਾ ਗਏ ਤੇ ਇਹਨਾਂ ਦੀ ਜ਼ੁਬਾਨ ਚਲੇ ਗਈ, ਪਰ ਤੁਸੀਂ ਦੇਖੋ ਇਹਨੇ ਜਜ਼ਬਾਤ ਨਹੀਂ ਗਏ। ਹਾਂਜੀ ਫੌਜੀ ਸਾਹਿਬ ਆਉਣ ਦਿਓ, ਸੁਣਾ ਦਿਓ ਸੁਣਾ ਦਿਓ ਜੀ। ਹੁਲੀ ਗੱਪਾ ਹੁਲੀ ਗੱਪਾ ਗਿਲੀ ਗੱਲਾ ਹੱਪਾ ਹੁਕਮ ਬਾਗੇ ਗਲਾਡਾ ਬਾਗੇ ਜੁਗ ਹਦਾ ਹੁਕਮ ਦੀ ਲੋ ਅੱਗਲੇ ਅੱਬਾ ਹੁਗਲੀ ਦੇ ਅੱਬਾ ਹੱਪਾ। ਓ ਅੱਛਾ 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 ਮੈਂ ਸਮਝ ਗਿਆ ਬਾਈ ਹੁਣ ਗਿਆ। ਓਏ ਅਸੀਂ ਤਾਂ ਥਾਣੇ 'ਚ ਵੱਡੇ ਵੱਡੇ ਗੂੰਗਿਆਂ ਦੀ ਬੋਲੀ ਸਮਝਣ ਆਇਆ, ਕਿਹੜੀ ਗੱਲ ਹੈ? ਉਹ ਵੈਸੇ ਜੁਗਨੂੰ ਸਮਝ ਮੈਨੂੰ ਵੀ ਨਹੀਂ ਲੱਗੀ ਕੀ ਕਿਹਾ ਭਾਈ। ਉਹ ਅਸੀਂ ਰੋਜ਼ ਹੀ ਥਾਣੇ 'ਚ ਵੱਡੇ ਵੱਡੇ ਗੂੰਗਿਆਂ ਨੂੰ ਬੁਲਾ ਲਈਦਾ, ਇਹ ਕਿਹੜੀ ਗੱਲ ਹੈ? ਮੈਂ ਸਭ ਸਮਝ ਗਿਆ ਕੀ ਕਹਿਣਾ ਚਾਹੁੰਦਾ। ਕੌਣ ਸੀ ਬੋਲੀ ਹੋਵੇ ਬਾਈ? ਮੈਂ ਤਾਂ ਸਮਝਾਉਣਾ, ਇਹ ਹਲ 'ਚ ਕਹਿਣਾ ਚਾਹੁੰਦਾ ਹੱਪਾ ਸਮਝ ਗਏ ਨਾ? ਹਾਜ਼ਰ ਜੀ ਲਓ ਜੀ, ਮੈਂ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦਾ। ਵੈਸੇ ਤਾਂ ਹਜੇ ਪਹਿਲਾਂ ਹੀ ਨਹੀਂ ਮੁੱਕਿਆ ਅਤੇ ਮੈਂ ਹੁਣ ਜਿਹੜਾ ਸੱਦਾ ਪੱਤਰ ਦੇਣ ਜਾ ਰਿਹਾ ਅੱਜ ਦੀ ਮਹਿਫਲ ਦੇ ਵਿੱਚ, ਉਹ ਦੁਨੀਆਂ ਦੇ ਮਹਿਨਾਜ ਸ਼ਾਇਰ ਨੇ, ਪੂਰੀ ਦੁਨੀਆ 'ਚ ਉਹਨਾਂ ਦਾ ਨਾਮ ਹੈ, ਬੇਸ਼ੱਕ ਉਹਨਾਂ ਨੂੰ ਘਰੇ ਵੈਲਿਊ ਨਹੀਂ ਹੈ ਪਰ ਪੂਰੀ ਦੁਨੀਆ 'ਚ ਉਹਨਾਂ ਨੂੰ ਲੋਕ ਜਾਣਦੇ ਨੇ। ਮੇਰੀ ਮੁਰਾਦ ਹੈ ਜੀ ਇਹ ਫੁਕੜਾ ਫਰੀਦਾਬਾਦੀ ਦਾਸ, ਮੈਂ ਆਪਣੀ ਗੱਲ ਕਰ ਰਿਹਾ। ਇਸ ਤੋਂ ਪਹਿਲਾਂ ਕਿ ਜੁਗਨੂੰ ਹੌਲਦਾਰ ਜੀ ਮੇਰੀ ਵਾਰੀ ਖੋਣ ਅਤੇ ਆ ਸ਼ੇਰ ਧੱਕੇ ਨਾਲ ਗਾਉਣ, ਅਤੇ ਮੈਂ ਸ਼ੇਰ ਜਿਹੜਾ ਆਪਣਾ ਲਿਖਿਆ ਹੁਣੇ ਹੁਣੇ ਚੱਲ ਭੌਂਕ ਭੌਂਕ ਉਹ ਸੁਣਾਉਣ ਲੱਗਿਆ। ਲਿਖ ਲਿਖ ਕੇ ਕਵਿਤਾਵਾਂ ਜੀ ਭਾਵੇਂ ਜਿੰਨੇ ਮਰਜ਼ੀ ਵਰਕੇ ਭਰੀਏ, ਲਿਖ ਲਿਖ ਕੇ ਕਵਿਤਾਵਾਂ ਜੀ ਜਿੰਨੇ ਮਰਜ਼ੀ ਵਰਕੇ ਭਰੀਏ, ਲਿਖ ਲਿਖ ਕੇ ਕਵਿਤਾਵਾਂ ਜੀ ਜਿੰਨੇ ਮਰਜ਼ੀ ਵਰਕੇ ਭਰੀਏ, ਰੋਟੀ ਹੱਕ ਨਹੀਂ ਖਾਈਏ ਜੀ ਭਾਵੇਂ ਬੂਟ ਪਾ ਸਕਣ। ਇਹ ਮੈਂ ਕਿਤੇ ਸੁਣਿਆ ਹੋਇਆ ਲੱਗਦਾ, ਮੇਰੇ ਟਰੱਕ 'ਚ ਚੱਲਦਾ ਇਹੀ ਗੀਤ ਤਾਂ। ਹਾਂ ਹਾਂ ਗੁਰਦਾਸ ਮਾਨ ਦਾ, ਗੁਰਦਾਸ ਮਾਨ ਦਾ ਇਹ। ਹੋ ਸਕਦਾ ਜੀ ਗੁਰਦਾਸ ਮਾਨ ਜੀ ਨੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਕਹੀ ਹੋਵੇ, ਪਰ ਬੂਟਾਂ ਬੂਟਿਆਂ ਦਾ ਫਰਕ ਹੁੰਦਾ, ਉਹਨਾਂ ਨੇ ਹੋ ਸਕਦਾ 8000 ਦੇ ਬੂਟਾਂ ਦੀ ਗੱਲ ਕੀਤੀ ਹੋਵੇ, ਸਾਡੇ ਬੂਟ 800 ਦੇ। ਮੇਰਾ ਮਤਲਬ ਅਸੀਂ ਆਮ ਜਨਤਾ ਦੇ ਬੂਟਾਂ ਦੀ ਗੱਲ। ਕਮਾਲ ਹੈ, ਹਾਂਜੀ ਲੱਗਦੇ ਹੱਥ। ਦੇਖੋ ਜੀ ਬੂਟਾਂ ਦਾ ਰੇਟ ਘਟਾ ਕੇ ਆਪਦਾ ਬਣਾ ਲਿਆ। ਲੱਗਦੇ ਹੱਥ ਇੱਕ ਹੋਰ ਜਿਹੜਾ ਸ਼ੇਰ ਮੇਰੇ ਦਿਲ ਤੋਂ ਉਮੜ ਰਿਹਾ ਇਸ ਤੋਂ ਪਹਿਲਾਂ ਕਿ ਮੈਨੂੰ ਦੁਬਾਰਾ ਮੌਕਾ ਨਾ ਮਿਲੇ। ਕੱਢੋ ਪੜਾ ਸਰ, ਉਹ ਹੈ ਜੀ ਮਸ਼ੂਕ ਧੋਖੇਬਾਜ ਹੋ ਗਈ, ਲੋਕੋ ਕਿਹਨੂੰ ਹਾਲ ਸੁਣਾਈਏ ਦਿਲ ਦਾ। ਮਸ਼ੂਕ ਧੋਖੇਬਾਜ ਹੋ ਗਈ, ਲੋਕੋ ਕਿਹਨੂੰ ਹਾਲ ਸੁਣਾਈਏ ਦਿਲ ਦਾ, ਤੇਰੇ ਪਿੱਛੇ ਕਾਹਤੋਂ ਪੈਟਰੋਲ ਫੂਕੀਏ ਨੀ ਸਾਨੂੰ ਕੀ ਮਿਲਦਾ। ਇਹ ਵੀ ਗੀਤ ਹੈ, ਮੈਂ ਤਾਂ ਇਹ ਵੀ ਸੁਣਿਆ। ਦੇਖੋ ਜੀ ਆਪਣੇ ਮੁਲਕ 'ਚ ਥਾਂ ਥਾਂ ਪੈਟਰੋਲ ਪੰਪ ਹੈ, ਥਾਂ ਥਾਂ ਲੋਕ ਪੈਟਰੋਲ ਫੂਕਦੇ ਨੇ, ਪਰ ਜਿਹੜੇ ਪੈਟਰੋਲ ਦੀ ਅਸੀਂ ਗੱਲ ਕਰਦੇ ਹਾਂ ਆਮ ਜਨਤਾ ਦਾ ਪੈਟਰੋਲ। ਆਹੋ ਭਾਈ ਜਨਤਾ ਦੇ ਮੋਢੇ 'ਤੇ ਰੱਖ ਕੇ ਚਲਾਈ ਜਾਂਦੇ। ਲਓ ਜੀ ਲੱਗਦੇ ਹੱਥ ਮੈਂ ਇਸ ਤੋਂ ਪਹਿਲਾਂ ਕਿ ਆਪਣੀ ਜਿਹੜੀ ਸ਼ੇਰ ਦੀ ਸਮਾਪਤੀ ਕਰਾਂ, ਇੱਕ ਸ਼ੇਰ ਹੋਰ ਕਹਿਣਾ ਚਾਹਾਂਗਾ ਆਪ ਜੀ ਦੇ ਚਰਨਾਂ ਵਿੱਚ, ਦਾਸ ਵੱਲੋਂ ਅਰਜ ਜੀ ਫੁਕਰਾ ਫਰੀਦਾਬਾਦੀ ਵੱਲੋਂ। ਉਹ ਇਹ ਹੈ ਕਿ ਇਹ ਦਿਲਾ ਧੋਖੇ ਬਾਜਾਂ ਤੋਂ ਪਾਸਾ ਵੱਟ ਗਿਆ। ਕਿਆ ਬਕਵਾਸ, ਇਹ ਦਿਲਾ ਇਹਨਾਂ ਧੋਖੇ ਬਾਜਾਂ ਤੋਂ ਪਾਸਾ ਵੱਟ ਗਿਆ, ਸੀਟੀ ਮਾਰ ਕੇ ਬੁਲਾਉਣੋਂ ਹਟ ਜਾ, ਸੀਟੀ ਮਾਰ ਕੇ ਬੁਲਾਉਣ। ਇਹ ਵੀ ਯਾਰ ਇਹ ਵੀ ਸੁਣਿਆ ਭਾਈ ਸਾਹਿਬ, ਤੁਹਾਨੂੰ ਕਿਵੇਂ ਸਮਝਾਵਾਂ, ਸੀਟੀ ਸੀਟੀ ਦਾ ਫਰਕ ਹੁੰਦਾ, ਇਹਨਾਂ ਕੋਲ ਵੀ ਸੀਟੀ ਹੁੰਦੀ ਹੈ, ਇੱਕ 10 ਰੁਪਏ ਵਾਲੀ ਸੀਟੀ ਹੁੰਦੀ ਹੈ, ਅਸੀਂ ਜੇ ਸੀਟੀ ਦੀ ਗੱਲ ਕਰਦੇ ਉਹ ਆਮ ਜਨਤਾ ਦੀ ਸੀਟੀ ਹੈ। ਮੈਂ ਕਹਿੰਦਾ ਇਸ ਤੋਂ ਪਹਿਲਾਂ ਕਿ ਮੈਂ ਤੈਨੂੰ ਥਾਣੇ ਲੈ ਕੇ ਜਾਵਾਂ, ਤੂੰ ਸ਼ੇਰ ਸੁਣਾਉਣੋਂ ਹਟ ਜਾ, ਤੂੰ ਸ਼ੇਰ ਸੁਣਾਉਣੋਂ ਹਟ ਜਾ। ਇਹ ਸੀ ਫੁਕਰਾ ਫਰੀਦਾਬਾਦੀ ਜਿਨ੍ਹਾਂ ਨੇ ਲੋਕਾਂ ਦੇ ਗੀਤਾਂ ਰਾਹੀਂ ਆਪਣੇ ਜਜ਼ਬਾਤ ਇੱਦਾਂ ਭਿਉਂ ਕੇ ਸਿੱਟੇ ਕਿ ਆਮ ਜਨਤਾ ਦੀ ਗੱਲ ਬਣ ਕੇ ਨਿਕਲ ਗਈ। ਹੁਣ ਮੈਂ ਇੱਕ ਵਾਰੀ ਫੇਰ ਬੇਨਤੀ ਕਰਦਾ, ਬਲਕਿ ਬੇਨਤੀ ਕਰਦੀ ਮੈਂ ਤਾਂ ਹੁਕਮ ਹੀ ਕਰਦਾ, ਤਾਊ ਮੁੱਛਾਂ ਵਾਲੇ ਪਤਾ ਨਹੀਂ ਹਰਿਆਣਵੀ ਪਤਾ ਨਹੀਂ ਗੁਜਰਾਤੀ, ਆਪਦਾ ਕੋਈ ਬਕਵਾਸ ਨਵਾਂ ਸਿੱਟੋ। ਹਰਿਓ ਭਰਿਓ ਹਰਿਆਣਾ ਹੋਇਆ, ਵਾਹ ਵਾਹ, ਅਰਜ਼ ਕੀ ਹੈ? ਹਰਿਓ ਭਰਿਓ ਹਰਿਆਣਾ ਹੋਇਆ, ਹਰਿਓ ਭਰਿਓ ਹਰਿਆਣਾ ਹੋਵੇ, ਥੋੜਾ ਸਾ ਗੁਜਰਾਤ, ਵਾਹ ਵਾਹ ਵਾਹ, ਹਰਿਓ ਭਰਿਓ ਹਰਿਆਣਾ ਹੋਇਆ, ਹਰਿਓ ਭਰਿਓ ਹਰਿਆਣਾ ਹੋਵੇ, ਥੋੜਾ ਸਾ ਗੁਜਰਾਤ, ਹਰਿਓ
ਹਰਿਓ ਭਰਿਓ ਹਰਿਆਣਾ ਹੋਵੇ ਹਰਿਓ ਭਰਿਓ ਹਰਿਆਣਾ ਹੋਵੇ ਥੋੜਾ ਸਾ ਗੁਜਰਾਤ ਹੁਣ ਦੋ ਸਟੇਟਾਂ ਤੋਂ ਬਿਨਾਂ ਹੋਰ ਵੀ ਹੈਗੀਆਂ ਅੱਗੇ ਵੀ ਭਾਉਂਦਾ ਇੰਨੀ ਕੁ ਮੇਰੀ ਬਾਤ ਤੇ ਉੱਤੋਂ ਪੈ ਗਈ ਰਾਤ ਦੋ ਕੋਕੋ ਕੇ ਬੱਚੇ ਔਰ ਕੋਕੋ ਦੇਖ ਦੇਖ ਨੱਪੇ ਮੈਨੂੰ ਫੇਰ ਗੇੜਾ ਲਾਉਣ ਦਾ ਮੌਕਾ ਦਿੱਤਾ ਹੈ ਤੇ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਮੈਂ ਇੱਕ ਨਵਾਂ ਨਕੋਰ ਸ਼ੇਰ ਤੁਹਾਡੀ ਖਿਦਮਤ ਚ ਪੇਸ਼ ਕਰਨ ਲੱਗਿਆ ਗੌਰ ਫਰਮਾਓ ਜਰਾ ਜਲਦੀ ਕਰੇ ਤੋਂ ਪਹਿਲਾਂ ਕਿ ਮੈਂ ਤੇਰੇ ਸ਼ੇਰ ਦੇ ਕਾਗਜ਼ ਚੈੱਕ ਕਰਾਂ ਲਓ ਜੀ ਸ਼ੇਰ ਆ ਗਿਆ ਗੌਰ ਫਰਮਾਓ ਸਿੱਟ ਸਿੱਟ ਹਾਂਜੀ 4731 ਬਹੁਤ ਅੱਛੇ 3568 4731 3568 ਹਾਂਜੀ 3743 9562 9562 ਬਹੁਤ ਅੱਛੇ ਬਹੁਤ ਅੱਛੇ 9395 51 67 ਉਹ ਗੱਲ ਸੁਣੋ ਏ ਇਹ ਕੀ ਆ 4562 51 67 ਕਦੋਂ ਦਾ ਗਿਣੀਆਂ ਨੇ ਕੁਛ ਸ਼ੇਅਰ ਤਾਂ ਬਣਿਆ ਨਹੀਂ ਇਹ ਉਹ ਜਨਾਬ ਇਹ ਤਾਂ ਸਾਡੀ ਯੂਨੀਅਨ ਦੀ 9.5 ਵਾਲੀ ਪਕਾਰ ਹੈ ਹਾਲੇ ਤਾਂ ਨੰਬਰ ਹੀ 3 ਬੋਲੇ ਨੇ 300 ਬਾਕੀ ਹੈ ਚੁੱਪ ਚੁੱਪ ਇੱਥੇ ਪਕਾਰਾਂ ਕਰਨਾ ਹੈ ਸ਼ੇਰੋ ਸ਼ੇਰੀ ਦਾ ਮੁਕਾਬਲਾ ਗਰੀਬ ਬੰਦੇ ਨੂੰ ਕਾਹਨੂੰ ਕੁਛ ਤੁਸੀਂ ਪਕਾਰ ਲਾਉਣ ਦਿੰਦੇ ਹੋ ਮੈਂ ਬੇਨਤੀ ਕਰਦਾ ਆਪਣੇ ਆਪ ਨੂੰ ਹੀ ਤੁਸੀਂ ਕਰ ਲਈ ਕਿ ਮੈਂ ਕੁਛ ਸੁਣਾਵਾਂ ਤੇ ਇਸ ਮਹਿਫਲ ਨੂੰ ਸਿਖਰਾਂ ਤੇ ਲੈ ਜਾਵਾਂ ਕਿਸੇ ਨੇ ਚੋਰੀ ਕਰਦਾ ਇੱਕ ਚੋਰ ਫੜਿਆ ਕੋਈ ਫੜ ਸਕਦਾ ਜੀ ਪੁਲਿਸ ਤਾਂ ਇਹੋ ਜਿਹਾ ਕੰਮ ਕਰਦੀ ਨਹੀਂ ਚੋਰ ਕਿਸੇ ਨੇ ਚੋਰੀ ਕਰਦਾ ਇੱਕ ਚੋਰ ਫੜਿਆ ਤੇ ਫਿਰ ਕਿਸੇ ਨੇ ਜਲਦੀ ਨਾਲ ਥਾਣੇ 'ਚ ਫੋਨ ਕਰਿਆ ਥਾਣੇਦਾਰ ਯੂੰ ਹੀ ਚੋਰ ਨੂੰ ਲੈ ਕੇ ਬਾਹਰ ਨਿਕਲਿਆ ਪਤਾ ਲੱਗਿਆ ਚੋਰ ਥਾਣੇਦਾਰ ਦਾ ਪੱਕਾ ਯਾਰ ਸੱਚਾਈ ਹੈ ਵੀ ਜ਼ਿੰਦਗੀ ਦੀ ਕੱਲ ਦੀ ਗੱਲ ਸੁਣੋ ਅੱਛਾ ਜੀ ਜਮੀ ਨਵੀਂ ਗੱਲ ਕੱਲ ਕਿਸੇ ਨੇ ਥਾਣੇ ਵਿੱਚ ਮੇਰੇ ਕੋਲ FIR ਲਿਖਾਈ ਵਾਹ ਵਾਹ ਕੱਲ ਕਿਸੇ ਨੇ ਥਾਣੇ ਵਿੱਚ ਮੇਰੇ ਕੋਲ FIR ਲਿਖਾਈ ਕਿ ਧੱਕਾ ਕਲੋਨੀ ਵਿੱਚ 15-20 ਬੰਦਿਆਂ ਦੀ ਹੋ ਗਈ ਲੜਾਈ ਲੜਾਈ ਵਾਹ ਵਾਹ ਧੱਕਾ ਕਲੋਨੀ ਚ 15-20 ਬੰਦਿਆਂ ਦੀ ਹੋ ਗਈ ਲੜਾਈ ਉਸ ਲੜਾਈ ਚ ਕੌਣ ਕਿਸੇ ਦੇ ਮੁੱਕੀ ਮਾਰ ਗਿਆ ਤੇ ਪਤਾ ਨੀ ਕੌਣ ਮਾਰ ਗਿਆ ਤਫਾ ਉਸ ਲੜਾਈ ਚ ਪਤਾ ਨੀ ਕੌਣ ਕਿਸੇ ਦੇ ਮੁੱਕੀ ਮਾਰ ਗਿਆ ਕੌਣ ਮਾਰ ਗਿਆ ਤਫਾ ਨਹੀਂ ਪਤਾ ਲੱਗ ਜਾਏ ਨਹੀਂ ਪਤਾ ਲੱਗਦਾ ਉਸ ਲੜਾਈ ਚ ਪਤਾ ਨੀ ਕੌਣ ਕਿਸੇ ਦੇ ਮੁੱਕੀ ਮਾਰ ਗਿਆ ਤੇ ਕੌਣ ਮਾਰ ਗਿਆ ਤਫਾ ਜੁਗਨੂ ਹੌਲਦਾਰ ਜੀ ਅੱਗੇ ਵੀ ਬੋਲੋ ਅੱਗੇ ਬਸ ਹਪਾ 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 ਜੁਗਨੂ ਹਾਜ਼ਰ ਹੈ ਹਾਜ਼ਰ ਜੀ ਸ਼ੁਕਰੀਆ ਸ਼ੁਕਰੀਆ ਲਓ ਜੀ ਮਾਹੌਲ ਨੂੰ ਥੋੜ੍ਹਾ ਜਿਹਾ ਬਦਲੀਏ ਕੀ ਗੱਲ ਜਲੇਬੀਆਂ ਵੰਡਣ ਲੱਗੇ ਹੋ ਜਲੇਬੀਆਂ ਨਹੀਂ ਵੰਡਣ ਲੱਗੇ ਮੈਂ ਚਾਹੁੰਦਾ ਕਿ ਜਿਹੜਾ ਸ਼ਾਇਰਾਂ ਦੇ ਵਿੱਚ ਸ਼ੇਰਾਂ ਦੇ ਵਿੱਚ ਥੋੜ੍ਹਾ ਤਰੰਨਮ ਭਰੀਏ ਤਰੰਨਮ ਕਹਿਣ ਤੋਂ ਭਾਵ ਥੋੜ੍ਹਾ ਰਿਦਮਕ ਸ਼ੇਅਰ ਹੋ ਜਾਣ ਅੱਛਾ ਸੋ ਮੈਂ ਸਭ ਤੋਂ ਪਹਿਲਾਂ ਤਾਊ ਹਰਿਆਣਵੀ ਨੂੰ ਬੇਨਤੀ ਕਰਦਾ ਵੀ ਉਹ ਹਰਿਆਣੇ ਦਾ ਕੋਈ ਗੀਤ ਆਪਣਾ ਪੇਸ਼ ਕਰੋ ਮੈਂ ਜਰਾ ਆਪਣੇ ਸੁਭਾਅ ਕੇ ਬਾਰੇ ਮੈਂ ਬਤਾਊਂਗਾ ਤਰੰਨਮ ਹੈ ਸਾਡਾ ਸੁਭਾਅ ਤਾਂ ਤੈਨੂੰ ਪਤਾ ਲੱਗ ਹੀ ਗਿਆ ਹੁਣ ਮੈਂ ਹਰਿਆਣੇ ਕਾ ਜਾਟ ਉਹ ਮੈਂ ਹਰਿਆਣੇ ਕਾ ਜਾਟ ਪਿਆਰ ਕੀ ਹਾਮੀ ਭਰ ਲਊਂਗਾ ਮੈਂ ਹਰਿਆਣੇ ਕਾ ਜਾਟ ਪਿਆਰ ਕੀ ਹਾਮੀ ਭਰ ਲਊਂਗਾ ਹਰ ਹਰ 3-5 ਮਤ ਕਰਿਓ ਗੋਡਿਆ ਨੀਚੇ ਦਬ ਹਰ ਹਰ 3-5 ਮਤ ਕਰਿਓ ਗੋਡਿਆ ਨੀਚੇ ਦਬ ਲਊਂਗਾ ਮਾਂ ਜੀ ਮਾਂ ਤਾਊ ਜੀ ਤੁਸੀਂ ਕਮਾਲ ਕਰ ਦਿੱਤੀ ਤੇ ਹੁਣ ਮੈਂ ਇਸ ਤੋਂ ਪਹਿਲਾਂ ਕੋਈ ਹੋਰ ਗਾਣਾ ਗਾਵੀ ਮੈਂ ਬੇਨਤੀ ਕਰਦਾ ਫੁਕਰਾ ਫਰੀਦਾਬਾਦੀ ਜਾਣੀ ਕਿ ਖੁਦ ਨੂੰ ਕਿ ਮੈਂ ਵੀ ਇੱਕ ਗਾਣਾ ਪੇਸ਼ ਕਰਾਂ ਲਓ ਜੀ ਘਰੋਂ ਰੋਟੀ ਪਾਣੀ ਖਾ ਕੇ ਘਰੋਂ ਰੋਟੀ ਪਾਣੀ ਖਾ ਕੇ ਘਰੋਂ ਰੋਟੀ ਪਾਣੀ ਖਾ ਕੇ ਚਾਹੇ ਰੇਲ ਦੀ ਚਾਹੇ ਬੱਸ ਦੀ ਚਾਹੇ ਜਹਾਜ਼ ਦੀ ਟਿਕਟ ਕਟਾ ਕੇ ਚਾਹੇ ਰੇਲ ਦੀ ਚਾਹੇ ਬੱਸ ਦੀ ਚਾਹੇ ਜਹਾਜ਼ ਦੀ ਟਿਕਟ ਕਟਾ ਕੇ ਨੀ ਮੈਂ ਜਾਣਾ ਜੋਗੀ ਦੇ ਨਾਲ ਨੀ ਮੈਂ ਜਾਣਾ ਜੋਗੀ ਦੇ ਨਾਲ ਉਹ ਇਹ ਵੀ ਗਾਣਾ ਸੁਣਿਆ ਹੋਇਆ ਮੈਂ ਇਹ ਦੇਖੋ ਜੀ ਜੋਗੀ ਥਾਂ ਥਾਂ ਫਿਰਦੇ ਆ ਟਿਕਟ ਜਹਾਜ਼ ਦੀ ਬੱਸ ਦੀ ਰੇਲ ਦੀ ਹਰੇਕ ਕਟਾਉਂਦਾ ਪਰ ਸਾਡੀ ਟਿਕਟ ਦਾ ਫਰਕ ਹੈ ਉਹ ਟਿਕਟ ਹੋ ਸਕਦਾ ਬਿਜ਼ਨਸ ਕਲਾਸ ਦੀ ਹੋਵੇ ਪਰ ਸਾਡੀ ਟਿਕਟ ਆਮ ਜਨਤਾ ਦੀ ਨੀ ਮੈਂ ਜਾਣਾ ਜੋਗੀ ਦੇ ਨਾਲ ਨੀ ਮੈਂ ਜਾਣਾ ਜੋਗੀ ਦੇ ਨਾਲ ਨੀ ਮੈਂ ਜਾਣਾ ਜੋਗੀ ਦੇ ਨਾਲ ਤੀਜਾ ਗੇੜਾ ਲਾ ਕੇ ਦਾਤਨ ਮਾਲ ਭਰਾ ਕੇ ਹਵਾ ਪਾਣੀ ਚੈੱਕ ਕਰਾ ਕੇ ਨਟਾਂ ਉੱਤੇ ਚਾਬੀ ਫਰਾ ਕੇ ਕਾਲੀ ਨਾਗਣੀ ਖਾ ਕੇ ਮੁੱਛਾਂ ਨੂੰ ਵੱਟ ਚੜਾ ਕੇ ਗੱਡੀ ਟਾਪ ਗੇਅਰ ਚ ਪਾ ਕੇ
ਪੁਲਿਸ ਵਾਲਿਆਂ ਤੋਂ ਅੱਖ ਬਚਾ ਕੇ ਨੀ ਮੈਂ ਜਾਣਾ ਜੋਗੀ ਦੇ ਨਾਲ ਨੀ ਮੈਂ ਜਾਣਾ ਜੋਗੀ ਦੇ ਨਾਲ ਨੀ ਮੈਂ ਜਾਣਾ ਜੋਗੀ ਦੇ ਨਾਲ ਐਂ ਕਿਵੇਂ ਲੰਘੇਗਾ ਅੱਖ ਬਚਾ ਕੇ ਉਹ ਸਾਡੇ ਥਾਂ ਥਾਂ ਉੱਤੇ ਨਾ ਕੇ ਤੇਰੀ ਗੱਡੀ ਸਾਈਡ ਤੇ ਲਵਾ ਕੇ ਤੈਨੂੰ ਗੱਡੀ ਚੋਂ ਥੱਲੇ ਲਾ ਕੇ ਤੇਰੇ ਕਾਗਜ਼ ਪੈਕ ਕਰਾ ਕੇ ਤੇ ਤੇਰੇ ਬਟੂਏ ਦੇ ਵਿੱਚ ਹੱਥ ਪਾ ਕੇ ਤੇ ਉਹਦੇ ਵਿੱਚੋਂ ਹਰੇ ਹਰੇ ਨੀਲੇ ਦੇ ਨੋਟ ਕਢਾ ਕੇ ਤੇਰੇ ਦੋ ਚਾਰ ਥੱਪੜ ਲਾ ਕੇ ਫਿਰ ਪੁੱਛਾਂਗੇ ਨੀ ਮੈਂ ਜਾਣਾ ਜੋਗੀ ਦੇ ਨਾਲ ਕਾਲਾ ਕੋਟ ਸਮਲਾ ਰੇ ਅੰਗਰੇਜ਼ੀ ਬਟਨ ਲਵਾਲਾ ਰੇ ਕਾਲਾ ਕੋਟ ਸਮਲਾ ਰੇ ਅੰਗਰੇਜ਼ੀ ਬਟਨ ਲਵਾਲਾ ਰੇ ਪਰ ਕਿਉਂ ਨੀ ਮੈਂ ਜਾਣਾ ਜੋਗੀ ਦੇ ਨਾਲ ਨੌ ਲੱਖਾਂ ਕੜਵਾ ਦੇ ਨਰਦੀ ਕੈਵੀਰਾ ਮੰਨੇ ਨੌ ਲੱਖਾਂ ਕੜਵਾ ਦੇ ਨਰਦੀ ਕੈਵੀਰਾ ਪਰ ਕਿਉਂ ਨੀ ਮੈਂ ਜਾਣਾ ਜੋਗੀ ਦੇ ਬਈ ਸਾਡੇ ਮਹਿਕਮੇ ਦੀ ਦੇਖੋ ਕਮਾਲ ਅਸੀਂ ਕੰਮ ਲੈਂਦੇ ਡੰਡੇ ਨਾਲ ਤੇ ਫਿਰ ਮੀਂਹ ਵਾਂਗੂ ਡਿੱਗਦਾ ਮਾਲ ਅਸੀਂ ਸੁੱਟੀਏ ਜਿੱਥੇ ਜਾਲ ਉਹ ਬੰਦਾ ਹੱਥ ਬੰਨ ਕੇ ਕਰਦਾ ਮੂੰਹ ਲਾਲ ਤੇ ਇੱਕੋ ਹੀ ਗੱਲ ਕਹਿੰਦਾ ਕਿਆ ਕਹਿ ਬਾਈ ਮੈਂ ਨੀ ਜਾਣਾ ਜੋਗੀ ਦੇ ਨਾਲ ਨੀ ਮੈਂ ਜਾਣਾ ਜੋਗੀ ਦੇ ਨਾਲ।